ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਭਾਰਤੀ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਕਈ ਕਿਸਮ ਦੇ ਵਿਵਾਦਾਂ ਦੇ ਵਿੱਚ ਰਿਹਾ। ਵਿਵਾਦਾਂ ਦੇ ਕਾਰਨ ਕਈ ਰਹੇ ਆ, ਕਦੇ ਰਾਜਨੀਤਿਕ ਅਤੇ ਕਦੇ ਨਿੱਜੀ ਤੌਰ ਦੇ ਉੱਤੇ, ਕਦੇ ਕਿਸੇ ਫਿਲਮ ਦੇ ਪ੍ਰਬੰਧਕਾਂ ਦੇ ਵੱਲੋਂ, ਫਿਲਮ ਸਾਜ਼ਾਂ ਦੇ ਵੱਲੋਂ, ਨਿਰਮਾਤਾ ਨਿਰਦੇਸ਼ਕ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇੱਥੇ ਪਾਰਦਰਸ਼ਤਾ ਨਹੀਂ ਵਰਤੀ ਜਾਂਦੀ ਅਤੇ ਕਦੇ ਕਦੇ ਇਹਦੇ ਉੱਤੇ ਭਾਜਪਾ ਯਾਨੀ ਕਿ ਕੇਂਦਰ ਦੀ ਰਾਜਨੀਤੀ ਦਾ ਪ੍ਰਭਾਵ ਹੋਣ ਦੇ ਦੋਸ਼ ਵੀ ਲੱਗਦੇ ਰਹੇ ਆ। ਪਰ ਅਨੁਪਮ ਖੇਰ ਦੀ ਜਿਸ ਵਕਤ ਇਸ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਦੇ ਲਈ ਚੇਅਰਮੈਨੀ ਦੇ ਤੌਰ ਦੇ ਉੱਤੇ ਨਿਯੁਕਤੀ ਹੋਈ ਸੀ, ਉਸ ਵਕਤ ਕਈ ਕਿਸਮ ਦੇ ਸਵਾਲ ਉੱਠੇ ਸੀ ਕਿ ਕਿਤੇ ਇਹਦੇ ਵਿੱਚ ਵੱਡਾ ਕਾਰਨ ਇਹ ਤਾਂ ਨਹੀਂ ਕਿ ਇਹਨਾਂ ਦੀ ਧਰਮ ਪਤਨੀ ਚੰਡੀਗੜ੍ਹ ਤੋਂ ਭਾਜਪਾ ਦੀ ਮੈਂਬਰ ਪਾਰਲੀਮੈਂਟ ਹੈ ਕਿਰਨ ਖੇਰ, ਅਤੇ ਹਮੇਸ਼ਾ ਉਹ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਅਨੁਪਮ ਖੇਰ ਹੋਰੀ ਗੱਲ ਕਰਦੇ ਆ, ਇਹਦੇ ਕਰਕੇ ਹੀ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ ਹੋਵੇ, ਇਸ ਤਰੀਕੇ ਦਾ ਪਿਆਰ ਦਿੱਤਾ ਗਿਆ ਹੋਵੇ। ਪਰ ਅੱਜ ਖਬਰ ਇਹ ਆਈ ਹੈ ਕਿ ਅਨੁਪਮ ਖੇਰ ਹੋਰੀ ਆਪਣੇ ਅਗਲੇ ਪ੍ਰੋਜੈਕਟਾਂ ਦੇ ਵਿੱਚ, ਆਪਣੀਆਂ ਅਗਲੀਆਂ ਫਿਲਮਾਂ ਦੇ ਵਿੱਚ ਬੇਹੱਦ ਮਸਰੂਫ ਨੇ। ਪਿਛਲੇ ਦਿਨੀ ਉਹਨਾਂ ਦੇ ਵੱਲੋਂ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਗਿਆ। ਉਹਨਾਂ ਨੇ ਆਪਣਾ ਅਸਤੀਫਾ ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਮੰਤਰੀ ਰਾਜਵਰਧਨ ਰਾਠੌਰ ਨੂੰ ਭੇਜਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 2018 ਯਾਨੀ ਕਿ ਚਾਲੂ ਸਾਲ ਅਤੇ 2019 ਤੱਕ ਯਾਨੀ ਕਿ 9 ਮਹੀਨੇ ਦੇ ਲਈ ਮੈਂ ਬਹੁਤ ਬਿਜ਼ੀ ਹਾਂ, ਮੈਂ ਅਮਰੀਕਾ ਰਹਿਣਾ। ਇਸ ਸਮੇਂ ਦੇ ਵਿੱਚ ਉਹਨਾਂ ਦੀਆਂ ਕਈ ਮਹੱਤਵਪੂਰਨ ਫਿਲਮਾਂ ਵੀ ਆਉਣੀਆਂ। ਇਹਨਾਂ ਦੇ ਵਿੱਚੋਂ ਇੱਕ ਉਹਨਾਂ ਦੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਜ਼ਿੰਦਗੀ ਦੇ ਉੱਤੇ ਮਹੱਤਵਪੂਰਨ ਫਿਲਮ ਵੀ ਹੈ, ਜਿਹਦੇ ਵਿੱਚ ਉਹਨਾਂ ਨੇ ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਅਤੇ ਉਹਦਾ ਨਾਂ ਹੈ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ। ਸੋ ਇਸ ਵਕਤ ਜਦੋਂ ਉਹ ਸੁੰਨਾ ਛੱਡ ਗਏ ਆ, ਸੁੰਨੇ ਤੋਂ ਭਾਵ ਇਹ ਹੈ ਕਿ ਉਹਨਾਂ ਦੇ ਵੱਲੋਂ ਆਪਣਾ ਦਬਦਬਾ ਬਰਕਰਾਰ ਰੱਖਿਆ ਜਾ ਰਿਹਾ ਸੀ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਸਹੀ ਤਰੀਕੇ ਨਾਲ ਸਾਰੇ ਕੰਮਕਾਜ ਕਰ ਰਹੇ ਹਾਂ, ਉਹਨਾਂ ਦੀ ਥਾਂ ਦੇ ਉੱਤੇ ਨਿਯੁਕਤੀ ਹੈ ਜਿਹੜੀ ਉਹਦੇ ਉੱਤੇ ਅਸੀਂ ਟਿੱਪਣੀ ਨਹੀਂ ਕਰਾਂਗੇ। ਪਰ ਅਨੁਪਮ ਖੇਰ ਵੱਲੋਂ ਇੱਕਦਮ ਕਿਹੜੇ ਕਾਰਨ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਉਹ ਸੱਚੀ ਮੁੱਚੀ ਰੁਝੇਵੇਂ ਦੇ ਵਿੱਚ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਰਾਜਨੀਤਿਕ ਕਾਰਨ ਹੈ, ਇਹਦੇ ਬਾਬਤ ਬਾਲੀਵੁੱਡ ਦੇ ਵਿੱਚ ਮਾਇਆ ਨਗਰੀ ਦੇ ਅੰਦਰ ਕਈ ਕਿਸਮ ਦੀਆਂ ਖਬਰਾਂ ਚੱਲ ਰਹੀਆਂ। ਕਿਸੇ ਵੇਲੇ ਕਪਿਲ ਸ਼ਰਮਾ ਦੀ ਅਤੇ ਸੁਨੀਲ ਗਰੋਵਰ ਦੀ ਆਪਸ ਦੇ ਵਿੱਚ ਇੰਨੀ ਦਾਲ ਗਲਦੀ ਸੀ ਕਿ ਉਦਾਹਰਨਾਂ ਦਿੱਤੀਆਂ ਜਾਂਦੀਆਂ ਸੀ। ਇਹ ਗੱਲ ਕਹੀ ਜਾਂਦੀ ਸੀ ਕਿ ਭਾਰਤ ਨੂੰ ਦੋ ਇਹੋ ਜਿਹੇ ਕਾਮੇਡੀ ਸਿਤਾਰੇ ਮਿਲੇ ਆ ਜਿਨ੍ਹਾਂ ਦਾ ਬਦਲ ਨਾ ਤਾਂ ਭਵਿੱਖ ਦੇ ਵਿੱਚ ਕਦੇ ਹੋਣਾ ਅਤੇ ਨਾ ਹੀ ਅਤੀਤ ਦੇ ਵਿੱਚ ਅਸੀਂ ਇਹਨਾਂ ਨੂੰ ਘਟਾ ਕੇ ਦੇਖ ਸਕਦੇ ਹਾਂ, ਕਿਉਂਕਿ ਇਹ ਸ਼ਾਨਦਾਰ ਪਰਫੋਰਮੈਂਸ ਪੇਸ਼ ਕਰੀਆਂ ਕਰਦੇ ਆ। ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਯਾਨੀ ਕਿ ਗੁੱਥੀ ਦੀ ਆਪਸ ਦੇ ਵਿੱਚ ਜਦੋਂ ਵਿਗੜੀ ਤਾਂ ਹੋ ਸਕਦਾ ਇਹਨਾਂ ਦੋਹਾਂ ਨੂੰ ਕਾਰੋਬਾਰੀ ਸੱਟ ਬੜੀ ਵੱਜੀ ਹੋਵੇ, ਪਰ ਜਿਹੜੇ ਦੇਸ਼ ਦੁਨੀਆ ਦੇ ਵਿੱਚ ਦਰਸ਼ਕ ਬੈਠੇ ਆ ਉਹਨਾਂ ਦੇ ਮਨਾਂ ਦੇ ਉੱਤੇ ਵੀ ਵੱਡੀ ਸੱਟ ਵੱਜੀ, ਕਿਉਂਕਿ ਉਹ ਇਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਣ ਲੱਗ ਪਏ ਸੀ। ਹੁਣ ਕਪਿਲ ਸ਼ਰਮਾ ਦੇ ਸਿਤਾਰੇ ਕਿੱਥੋਂ ਕਿੱਥੇ ਪਹੁੰਚੇ ਆਪਾਂ ਜਾਣਦੇ ਹਾਂ, ਪਰ ਅੰਦਰੋਂ ਖਬਰਾਂ ਇਹ ਵੀ ਆਈਆਂ ਕਿ ਉਹਨਾਂ ਦੇ ਨਵੇਂ ਸ਼ੋਅ ਯਾਨੀ ਕਿ ਦਾ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਆ ਜਿਹੜੀ ਉਹ ਸ਼ੁਰੂ ਹੋ ਗਈ ਸੀ ਅਤੇ ਉਹਦੇ ਕੁਝ ਕੁ ਅੰਕ, ਕੁਝ ਕੁ ਕਿਸ਼ਤਾਂ ਜਿਹੜੀਆਂ ਉਹ ਤਿਆਰ ਵੀ ਕਰ ਲਈਆਂ ਗਈਆਂ। ਕੁਝ ਕੁ ਹਫ਼ਤਿਆਂ ਬਾਅਦ ਉਹ ਸ਼ੋਅ ਆ ਜਿਹੜਾ ਉਹ ਟੈਲੀਵਿਜ਼ਨ ਚੈਨਲ ਦੇ ਉੱਤੇ ਫਿਰ ਦੇਖਣ ਨੂੰ ਮਿਲੇਗਾ। ਪਰ ਹੁਣ ਇੱਕ ਹੋਰ ਜਾਣਕਾਰੀ ਆਈ ਹੈ ਕਿ ਸੁਨੀਲ ਗਰੋਵਰ ਨੇ ਜਿਹੜੇ ਉਹ ਹੁਣ ਕਪਿਲ ਸ਼ਰਮਾ ਦੇ ਨਾਲ ਬਿਲਕੁਲ ਨਹੀਂ ਜੁੜਨਗੇ। ਉਹਨਾਂ ਦੇ ਵੱਲੋਂ ਇੱਕ ਵੱਖਰੇ ਟੀਵੀ ਚੈਨਲ ਦੇ ਉੱਤੇ ਆਪਣੇ ਕਾਮੇਡੀ ਸ਼ੋਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹਦੇ ਵਿੱਚ ਉਹ ਵੱਖੋ ਵੱਖਰੇ ਕਿਰਦਾਰਾਂ ਦੇ ਵਿੱਚ ਆਇਆ ਕਰਨਗੇ ਅਤੇ ਉਹਨਾਂ ਦੇ ਵੱਲੋਂ ਆਪਣੇ ਨਾਲ ਜੁਗਲਬੰਦੀ ਦੇ ਵਾਸਤੇ ਸੁਦੇਸ਼ ਲਹਿਰੀ ਨੂੰ ਲਿਆ ਗਿਆ। ਸੁਦੇਸ਼ ਲਹਿਰੀ ਆਪਾਂ ਜਾਣਦੇ ਹਾਂ ਕਿ ਕਾਫੀ ਲੰਮਾ ਸਮਾਂ ਕਾਮੇਡੀ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਵਿਚਰੇ। ਉਹਨਾਂ ਦੇ ਵੱਲੋਂ ਕਪਿਲ ਦੇ ਨਾਲ ਵੀ ਕੰਮ ਕੀਤਾ ਗਿਆ, ਕਈ ਉਹਨਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਯਾਨੀ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ ਫਿਰ ਮੁਕਾਬਲਾ ਦੇਖਣ ਨੂੰ ਮਿਲੇਗਾ। ਇੱਕ ਪਾਸੇ ਕਪਿਲ ਦਾ ਸ਼ੋਅ ਹੋਏਗਾ ਵੱਖਰੇ ਚੈਨਲ ਦੇ ਉੱਤੇ, ਦੂਜੇ ਪਾਸੇ ਸੁਨੀਲ ਗਰੋਵਰ ਦਾ ਸ਼ੋਅ ਹੋਏਗਾ ਵੱਖਰੇ ਚੈਨਲ ਦੇ ਉੱਤੇ। ਬਾਲੀਵੁੱਡ ਦੇ ਵਿੱਚ ਆਰ ਕੇ ਸਟੂਡੀਓ ਦੀ ਬਹੁਤ ਵੱਡੀ ਮਹੱਤਤਾ। ਕਾਰਨ ਇਹਦੇ ਪਿੱਛੇ ਇਹ ਆ ਕਿ ਰਾਜ ਕਪੂਰ ਸਾਹਿਬ ਨੇ ਜਿਹੜੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਸੁਪਨੇ ਇਸ ਸਟੂਡੀਓ ਦੇ ਨਾਲ ਜੋੜ ਲਏ ਸੀ। ਰਾਜ ਕਪੂਰ ਸਾਹਿਬ ਇਸ ਦੁਨੀਆ ਦੇ ਉੱਤੇ ਨਹੀਂ, ਉਹਨਾਂ ਦੀਆਂ ਫਿਲਮਾਂ ਨੂੰ ਦੇਖ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਸਾਡੇ ਅੰਗ ਸੰਗ ਹੈ, ਉਹ ਸਾਡੇ ਇਰਦ ਗਿਰਦ ਹੈ। ਉਹਨਾਂ ਦੀ ਆਵਾਜ਼, ਉਹਨਾਂ ਦਾ ਅੰਦਾਜ਼, ਉਹਨਾਂ ਦੀ ਬੋਲਚਾਲ ਦੀ ਅਦਾਇਗੀ ਹੈ ਜਿਹੜੀ ਉਹ ਪ੍ਰਭਾਵਿਤ ਕਰਦੀ ਹੈ ਬੇਹੱਦ। ਉਹਨਾਂ ਦੇ ਪਰਿਵਾਰ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਇਹ ਫੈਸਲਾ ਕੀਤਾ ਜਾ ਰਿਹਾ ਸੀ ਕਿ ਆਰ ਕੇ ਸਟੂਡੀਓ ਨੂੰ ਵੇਚ ਦਿੱਤਾ ਜਾਵੇ, ਅਤੇ ਹੁਣ ਇਹ ਸਟੂਡੀਓ ਵਿਕ ਵੀ ਗਿਆ ਕਿਉਂਕਿ ਗੋਦਰੇਜ ਪ੍ਰੋਪਰਟੀਜ਼ ਦੇ ਵੱਲੋਂ ਇਸ ਸਟੂਡੀਓ ਨੂੰ 200 ਕਰੋੜ ਰੁਪਈਏ ਦੇ ਵਿੱਚ ਖਰੀਦ ਲਿਆ ਗਿਆ। ਕਹਿੰਦੇ ਨੇ ਕਿ ਇਸ ਸਟੂਡੀਓ ਦੇ ਵਿੱਚ ਬੇਹੱਦ ਹਿੱਟ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ, ਜਿਹਦੇ ਵਿੱਚ ਰਾਮ ਤੇਰੀ ਗੰਗਾ ਮੈਲੀ ਅਤੇ ਕੁਝ ਕੁ ਹੋਰ ਫਿਲਮਾਂ ਦਾ ਵੀ ਜ਼ਿਕਰ ਕੀਤਾ ਜਾ ਸਕਦਾ ਹੈ। ਸੁਣਨ ਦੇ ਵਿੱਚ ਇਹ ਗੱਲ ਆਈ ਹੈ ਕਿ ਰਣਧੀਰ ਕਪੂਰ ਹੋਰਾਂ ਨੇ, ਰਿਸ਼ੀ ਕਪੂਰ ਹੋਰਾਂ ਨੇ ਇਸ ਸਟੂਡੀਓ ਦੇ ਲਈ 250 ਕਰੋੜ ਰੁਪਈਏ ਦੀ ਮੰਗ ਕੀਤੀ ਸੀ, ਪਰ ਜਿਹੜੇ ਖਰੀਦਦਾਰ ਸੀ ਉਹਨਾਂ ਨੇ 150 ਕਰੋੜ ਰੁਪਈਏ ਤੋਂ ਅੱਗੇ ਵਧਣਾ ਠੀਕ ਨਹੀਂ ਸੀ ਸਮਝਿਆ। ਪਰ ਬਾਅਦ ਦੇ ਵਿੱਚ ਇਹ ਗੱਲ 200 ਕਰੋੜ ਰੁਪਈਏ ਦੇ ਉੱਤੇ ਮੁੱਕ ਗਈ ਹੈ। ਯਾਨੀ ਕਿ ਹੁਣ ਤੱਕ ਆਰ ਕੇ ਸਟੂਡੀਓ ਨੂੰ ਮਾਇਆ ਨਗਰੀ ਦੇ ਵਿੱਚ ਬਹੁਤ ਸਤਿਕਾਰ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ। ਇਹਦੇ ਨਾਲ ਜੁੜੀਆਂ ਬੇਹੱਦ ਇਹੋ ਜਿਹੀਆਂ ਕਹਾਣੀਆਂ ਨੇ ਫਿਲਮੀ ਖੇਤਰ ਦੀਆਂ, ਜਿਹੜੀਆਂ ਕਿਸੇ ਵੀ ਕਿਤਾਬ ਦੇ ਵਿੱਚੋਂ ਕਿਸੇ ਵੀ ਹੋਰ ਥਾਂ ਦੇ ਉੱਤੋਂ ਨਾ ਮਿਲਣ। ਪਰ ਹੁਣ ਇਹਨਾਂ ਨਿਸ਼ਾਨੀਆਂ ਦੇ ਮਿਟਣ ਦਾ ਵੇਲਾ ਆ ਗਿਆ, ਕਿਉਂਕਿ ਜਿਨ
उन्होंने अपने तरीके इहदी वरतों करनी है। दलेर महिंदी ते मीका सिंह दे भरा अमरजीत सिंह दी पिछले दिनी मौत दी खबर प्राप्त हुई है। जाना इस दुनिया तो सब नहीं है, पर जिहड़े लोग कला खेत्र नाल जुड़े हुंदे आ, भावें उह घट जुड़े होण भावें वध जुड़े होण, उन्होंने जाण दीआं खबरां बणदीआं लोकां नूं दुख होणा कुदरती है। अमरजीत सिंह पिछले काफ़ी लंबे समय तो बीमार चल रहे सी ते उन्हां दी हस्पताल दे विच मौत हो गई है। उस तो बाद मीका ते दलेर महिंदी ने दुनिया भर दे विच वसदे अपने प्रशंसकां दा धन्नवाद कीता जिन्हां ने दुख दी इस घड़ी दे विच उन्हां दे हक दे विच बोलिया, जिन्हां ने दुख सांझा कीता। ते जाने जाने दोस्तों, जेकर असीं लाटू फिल्म की गल करिए तां इह फिल्म 16 नवंबर नूं रिलीज़ होण जा रही है। इस फिल्म का पिछले दिन ट्रेलर रिलीज़ होया, ट्रेलर इन्ना क मारके वाला कि शब्द मुक जांदे आ उहदी सिफत करन दे विच। इस ट्रेलर नूं देख के अंग्रेज़ फिल्म की भी याद आउंदी है। इस ट्रेलर नूं देख के यह जापदा है कि पंजाब दे उस पिंड उस दौर की गल की गई है जदों विरले टावें घरां दे विच बिजली दे बल्ब जगदे सी, यानी कि लाटू जगदे सी। लाटू फिल्म उस परिवार की कहानी है जिहड़ा जिद दे विच भी है, जिहड़ा कुछ ना कुछ करके भी दिखाउण दा चाहवान है। चुनौती दे रूप दे विच गगन कोकरी इस फिल्म दे राही वड्डे परदे दे उत्ते आउण वाले ने ते जगमीत सिंह राणा होरी इस फिल्म दे राही निर्माता दे तौर दे उत्ते उभरन वाले आ। इस फिल्म की चर्चा पिछले कई दिनों तो खासी चल रही है। इस फिल्म दे विच बहुत सारे पंजाबी सिनेमे दे मंझे हुए अदाकारां दे वल्लों कम किया गया ते जगमीत सिंह राणा होरां दे वल्लों यह गल कही गई है कि असीं पंजाबी सिनेमे दे विच भरपूर योगदान इस तरीके नाल पाउंदे रहांगे। दूजे पासे गगन कोकरी ने यह गल कही है कि मैं फिल्मी ते गायकी दे खेत्र दे विच बराबर विचरदा रहांगा। ते हुण यानी कि 16 नवंबर नूं इस फिल्म दा ट्रेलर देख के दर्शकां दी उत्सुकता वधी हुई है। खबरां दोस्तों कई होर भी सन, पर जो वक्त दी घाट है रुकण दा इशारा कर रही है। अगले हफ्ते मनोरंजक दुनिया प्रोग्राम लैके मुड़ हाज़र होवांगे। तुसीं लगातार देखते रहो अजीत वैब टीवी। बहुत बहुत मेहरबानी।